ਸਤਿ ਸ਼੍ਰੀ ਅਕਾਲ ਜੀ। ਭਗਵੰਤ ਮਾਨ ਸਰਕਾਰ ਦੇ ਵੱਲੋਂ ਪਹਿਲੀ ਕੈਬਨਿਟ ਦੇ ਵਿੱਚ 26,000 ਨੌਕਰੀਆਂ ਅਪਰੂਵ ਕੀਤੀਆਂ ਗਈਆਂ ਸੀ ਅਤੇ ਰੋਜ਼ ਪੰਜਾਬ ਦੇ ਅਖਬਾਰ ਦੇ ਵਿੱਚ ਤੁਹਾਨੂੰ ਦੋ ਕਿਸਮ ਦੀਆਂ ਖਬਰਾਂ ਦੇਖਣ ਨੂੰ ਮਿਲਣਗੀਆਂ। ਇੱਕ, ਰੋਜ਼ ਕਿਸੇ ਨਾ ਕਿਸੇ ਨੂੰ ਜੁਆਇਨਿੰਗ ਲੈਟਰ ਮਿਲਦਾ ਜਾਂ ਰੋਜ਼ ਕੋਈ ਨਵੀਂ ਰਿਕਰੂਟਮੈਂਟ ਦੀ ਐਡ ਆਉਂਦੀ ਹੈ। ਪੰਜਾਬ ਦੇ ਉਹ ਨੌਜਵਾਨ ਜੋ ਨਾ ਉਮੀਦ ਹੋ ਚੁੱਕੇ ਸੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਸਰਕਾਰੀ ਨੌਕਰੀਆਂ ਖਤਮ ਹੀ ਹੋ ਗਈਆਂ, ਬਾਹਰ ਦਾ ਰਸਤਾ ਦੇਖਦੇ ਸੀ। ਹੁਣ ਉਹ ਸਾਰੇ ਨੌਜਵਾਨਾਂ ਦੇ ਅੰਦਰ ਇੱਕ ਉਮੀਦ ਜਾਗ ਗਈ। ਉਹ ਸਾਰੇ ਨੌਜਵਾਨ ਦਿਨ ਰਾਤ ਮਿਹਨਤ ਕਰਕੇ ਤਿਆਰੀ ਕਰ ਰਹੇ ਆ ਜੀ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੇ ਸਿੱਖਿਆ ਵਿਭਾਗ ਦੇ ਵਿੱਚ ਹੀ ਭਰਤੀਆਂ ਦੀ, ਜਿਹਨੂੰ ਕਹਿ ਸਕਦੇ ਕਿ ਸਾਡੇ ਕੋਲ ਬਹੁਤ ਸਾਰੇ ਸਕੂਲ ਨੇ ਜਿਹੜੇ ਜਿੱਥੇ ਟੀਚਰਾਂ ਦੀ ਬਹੁਤ ਵੱਡੀ ਕਮੀ ਹੈ। ਪਿਛਲੀਆਂ ਸਰਕਾਰਾਂ ਨੇ ਭਰਤੀਆਂ ਹੀ ਨਹੀਂ ਕੀਤੀਆਂ, ਇਸ ਕਰਕੇ ਇਕੱਲੇ ਸਿੱਖਿਆ ਵਿਭਾਗ ਦੇ ਵਿੱਚ ਹੀ 20,000 ਦੇ ਕਰੀਬ ਭਰਤੀਆਂ ਹੋ ਰਹੀਆਂ, ਅਤੇ ਸਭ ਤੋਂ ਪਹਿਲੀ ਭਰਤੀ 65 ETT ਟੀਚਰਸ ਦੀ, ਜਿਹੜੀ ਸਾਡੇ ਪ੍ਰਾਇਮਰੀ ਟੀਚਰਸ ਹੈ, ਉਹ ਟੋਟਲੀ ਕੰਪਲੀਟ ਕਰ ਲਈ ਗਈ ਹੈ। ਉਹਨਾਂ ਵਿੱਚੋਂ 5,100 ਟੀਚਰ, ਆਲਮੋਸਟ 5,100 ਟੀਚਰ, 5,096 ਐਗਜੈਕਟ ਟੀਚਰਸ ਇਸ ਵਕਤ ਪੜ੍ਹਾ ਰਹੇ ਨੇ ਜੀ। 1539 ਦਾ ਪ੍ਰੋਸੈਸ ਚੱਲ ਰਿਹਾ, ਅਤੇ ਅੱਜ 361 ਬੱਚੇ ਜਿਨ੍ਹਾਂ ਦੀ ਵੇਟਿੰਗ ਸੀ, ਅੱਜ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ, ਅਤੇ ਉਹਨਾਂ ਵਿੱਚੋਂ 10 ਬੱਚਿਆਂ ਨੂੰ CM ਸਾਹਿਬ, ਪੰਜਾਬ ਦੇ ਹੁਣ ਤੱਕ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਪਣੇ ਹੱਥੋਂ ਤੋਂ ਨਿਯੁਕਤੀ ਪੱਤਰ ਦਿੱਤੇ ਆ। ਅਤੇ ਉਹਨਾਂ ਨੂੰ ਕਿਹਾ ਕਿ ਆਓ ਹੁਣ ਆਪਾਂ ਪੰਜਾਬ ਦੀ ਨਵੀਂ ਇਬਾਰਤ ਲਿਖੀਏ, ਕਿ ਉਹ ਸਾਡੇ ਸਕੂਲ ਹੀ ਹੈ ਜੋ ਪੰਜਾਬ ਦਾ ਨਵਾਂ ਭਵਿੱਖ ਲਿਖਣ। ਅੱਜ ਤੱਕ ਇਹ ਵਿਭਾਗ ਸਿਰਫ ਧਰਨੇ ਵਾਲਾ ਵਿਭਾਗ ਰਿਹਾ, ਪਰ ਹੁਣ ਇਹ ਪੰਜਾਬ ਦੀ ਨਵੀਂ ਕਿਸਮਤ ਲਿਖਣ ਵਾਲਾ ਵਿਭਾਗ ਬਣੂਗਾ। ਅਤੇ ਨਾਲ ਹੀ ਮੈਨੂੰ ਦੱਸ ਦਿਓ, ਬਹੁਤ ਖੁਸ਼ੀ ਹੋ ਰਹੀ ਹੈ ਕਿ 4100 ਮਾਸਟਰ ਕੈਡਰ ਦਾ ਪੇਪਰ ਵੀ ਪਰਸੋਂ ਹੋ ਰਿਹਾ, ਤਾਂ ਯਾਨੀ ਕਿ 5 ਮਹੀਨਿਆਂ ਦੇ ਵਿੱਚ 10,000 ਤੋਂ ਵੱਧ ਭਰਤੀਆਂ ਸਿਰਫ ਸਿੱਖਿਆ ਵਿਭਾਗ ਦੇ ਵਿੱਚ, ਅਤੇ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੀ ਭਰਤੀਆਂ ਮਾਸਟਰ ਕੈਡਰ ਦੀਆਂ ATT ਦੀਆਂ ਅਸੀਂ ਲੈ ਕੇ ਆ ਰਹੇ ਹਾਂ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ, ਸਾਡੇ ਸਕੂਲਾਂ ਦੇ ਵਿੱਚ ਟੀਚਰ ਪੂਰੇ ਹੋ ਸਕਣ, ਅਤੇ ਸਾਡੇ ਸਕੂਲ ਹਰ ਅਤੇ ਸਾਡੇ ਸਕੂਲ ਪੰਜਾਬ ਦੀ ਨਵੀਂ ਕਿਸਮਤ ਲਿਖਣ। ਬਹੁਤ ਬਹੁਤ ਧੰਨਵਾਦ ਜੀ।